ਹੈਲੋ ਜੀ ਸ਼ਸ਼ੀਕਾ ਸਲਾਮ ਨਮਸਤੇ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਆ ਰਹੀ ਆ ਲਾਈਫ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਬੈਂਗਨ ਦੇ ਭੜਤੇ ਦੀ ਰੈਸਪੀ ਬਿਨਾ ਉਬਾਲੇ ਬਿਨਾ ਪੁੰਨੇ ਜਿਸ ਤਰ੍ਹਾਂ ਮੈਂ ਬਣਾਨੀ ਹੁੰਦੀ ਆ ਬਹੁਤ ਹੀ ਸਿੰਪਲ ਰੈਸਪੀ ਆਰ ਉਹ ਇੰਨਾ ਟੇਸਟੀ ਬਣਦਾ ਹੈ ਟਾਈਮ ਵੀ ਬਚਦਾ ਹੈ ਤੇ ਬਿਲਕੁਲ ਸਾਫ ਸੋਥਰੀ ਰੈਸਪੀ ਆ ਕੋਈ ਟੈਨਸ਼ਨ ਵਾਲੀ ਨਹੀਂ ਆ ਕੜਾਈ ਦੇ ਵਿੱਚ ਮੈਂ ਸਰੋਂ ਦਾ ਤੇਲ ਲਿਆ ਏ ਜੀਰਾ ਔਰ ਹਿੰਗ ਪਾਤੀਆ ਉਸ ਟਾਈਮ ਕੈਮਰਾ ਬੰਦ ਹੋ ਗਿਆ ਸੀ ਤੇ ਪਿਆਜ਼ ਪਾਤੇ ਆ ਪਿਆਜ਼ ਫਰਾਈ ਹੋ ਰਿਹਾ ਵਿੱਚ ਹਰੀਆਂ ਮਿਰਚਾਂ ਲੀਆਂ ਨੇ ਤਿੰਨ ਉਹ ਪਾਤੀਆਂ ਅਦਰਕ ਕੁੱਟ ਕੇ ਪਾਤਾ ਏ ਬਹੁਤ ਹੀ ਸਿੰਪਲ ਰੈਸਪੀ ਆ ਜੋ ਵੀ ਡੇਲੀ ਦੇ ਮਸਾਲੇ ਹੁੰਦੇ ਆ ਉਹਨਾਂ ਨਾਲ ਬਣਾਈ ਆ ਤੇ ਰੈਸਪੀ ਬੈਂਗਨ ਦਾ ਪੜਥਾ ਇਹਨਾ ਟੇਸਟੀ ਬਣਦਾ ਹੈ ਬਹੁਤ ਜ਼ਿਆਦਾ ਜਿੱਦਾਂ ਭੁੰਨੇ ਹੋਏ ਦਾ ਸਵਾਦ ਹੁੰਦਾ ਉਹੀ ਸਵਾਦ ਇਹਦਾ ਵੀ ਇਦਾਂ ਹੀ ਹੁੰਦਾ ਗਰਮ ਮਸਾਲਾ ਲਿਆਏਵੇਂ ਘਰ ਦਾ ਪਿਸਿਆ ਹੋਇਆ ਗਰਮ ਮਸਾਲਾ ਹੈ ਲਾਲ ਮਿਰਚ ਪਾਈ ਹੈ ਨਮਕ ਪਾਇਆ ਹੈ ਇਹ ਛੋਟਾ ਜਿਹਾ ਚਮਚ ਹੈ ਇਸ ਕਰਕੇ ਮੈਂ ਨਮਕ ਦੋ ਚਮਚ ਪਾਤੇ ਆ ਸਵਾਦ ਅਨੁਸਾਰ ਹਲਦੀ ਪਾਤੀ ਹੈ ਤੇ ਬਸ ਇਹੀ ਮਸਾਲੇ ਪਾਣਿਆ ਜੋ ਵੀ ਆਪਣੇ ਘਰ 'ਚ ਹੁੰਦੇ ਆ ਟਮਾਟਰ ਪਾਤੇ ਆ ਪਿਆਜ਼ ਵੀ ਉਦੋਂ ਤੱਕ ਫਰਾਈ ਕਰਨੇ ਹੁੰਦੇ ਆ ਜਦੋਂ ਤੱਕ ਪਿਆਜ਼ ਤੇਲ ਨਾ ਛੱਡ ਜਾਣ ਟਮਾਟਰ ਪਾ ਕੇ ਵੀ ਉਦੋਂ ਤੱਕ ਪੂਰਾ ਮਸਾਲਾ ਜਦੋਂ ਤੱਕ ਤੇਲ ਨਾ ਛੱਡੇ ਫਰਾਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਮਸਾਲੇ ਦਾ ਕਲਰ ਵਧੀਆ ਆਵੇ ਸੁਆਦ ਵਧੀਆ ਆਵੇ। ਇਹ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਨੇ ਜੋ ਸਬਜ਼ੀ ਨੂੰ ਟੇਸਟੀ ਬਣਾਉਂਦੀਆਂ ਨੇ ਤੇ ਕਲਰ ਸੋਹਣਾ ਆਉਂਦਾ ਏ। ਥੋੜੀ ਜੀ ਕਲਰ ਵਾਸਤੇ ਪਾਈਆ ਮੈਂ ਦੇਗੀ ਮਿਰਚ। ਮਸਾਲਾ ਬਣ ਕੇ ਤਿਆਰ ਆ ਤੇਲ ਚੰਗੀ ਤਰ੍ਹਾਂ ਛੱਡ ਗਿਆ ਮਸਾਲਾ ਹੁਣ ਇਹਦੇ ਵਿੱਚ ਪਾ ਦੇਣਾ ਬੈਂਗਣ ਦੋ ਬੈਂਗਣ ਲਿਆ ਮੈਂ। বেগন ਬਿਲਕੁਲ ਤੁਸੀਂ ਪਤਲੇ ਪਤਲੇ ਕੱਟਨੇ ਆ ਬਿਲਕੁਲ ਪਤਲੇ ਪਤਲੇ ਤਾਂ ਕਿ ਸਬਜੀ ਜਲਦੀ ਬਣ ਜਾਵੇ ਟਾਈਮ ਖਰਾਬ ਨਾ ਹੋਵੇ ਬੈਂਗਣ ਪਾਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹ ਚੰਗੀ ਤਰ੍ਹਾਂ ਮਸਾਲਾ ਮਿਕਸ ਹੋਣਾ ਚਾਹੀਦਾ ਗੈਸ ਦਾ ਫਲੇਮ ਮੀਡੀਅਮ ਕਰਕੇ ਇਹਨੂੰ ਢੱਕ ਦੇਣਾ ਤੇ ਵਿੱਚ ਵਿੱਚ ਚੈੱਕ ਕਰੀ ਜਾਣਾ ਥੋੜੀ ਥੋੜੀ ਦੇਰ ਬਾਅਦ ਫਲੇਮ ਕਰ ਦਿਓ ਮੀਡੀਅਮ ਬੈਂਗਣ ਬਣ ਕੇ ਆਪਣੇ ਤਿਆਰ ਹੋ ਗਿਆ। ਕਈ ਲੋਕ ਤੇ ਇਦਾਂ ਸਬਜ਼ੀ ਖਾਂਦੇ ਆ ਬੈਂਗਣ ਦੀ ਤੇ ਮੈਂ ਬਣਾ ਰਹੀ ਆ ਪਰਥਾ ਇਸ ਕਰਕੇ ਹੁਣ ਮੈਂ ਇਹਨੂੰ ਕਰਨਾ ਹੈ ਆਲੂ ਮੈਸ਼ਰ ਲੈ ਕੇ ਇਹਨੂੰ ਮੈਸ਼ ਕਰਨਾ ਹੈ ਆਲੂ ਮੈਸ਼ਰ ਦੇ ਨਾਲ। ਅਗਰ ਤੁਹਾਡੇ ਕੋਲ ਆਲੂ ਮੈਸ਼ਰ ਨਹੀਂ ਹੈਗਾ ਤਾਂ ਤੁਸੀਂ ਜਿਹੜੀ ਆਪਣੀ ਸਾਗ ਵਾਲੀ ਮਧਾਣੀ ਹੁੰਦੀ ਆ ਉਹਦੇ ਨਾਲ ਕਰ ਸਕਦੇ ਹੋ ਅਗਰ ਉਹ ਵੀ ਨਹੀਂ ਹੈਗੀ ਤਾਂ ਤੁਸੀਂ ਗਲਾਸ ਹੁੰਦਾ ਜਿਹੜਾ ਆਪਣਾ ਪਾਣੀ ਪੀਣ ਵਾਲਾ ਸਟੀਲ ਦਾ ਉਹਦੀ ਬੈਕ ਸਾਈਡ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ। ਬਹੁਤ ਜਿਆਦਾ ਸਿੰਪਲ ਰੈਸਪੀ ਆਰ ਮਿੰਟਾਂ ਚ ਬਣਦੀ ਆ ਤੁਸੀਂ ਲੰਚ ਚ ਖਾਓ ਬ੍ਰੇਕਫਾਸਟ ਚ ਖਾਓ ਚਾਹੇ ਰਾਤ ਨੂੰ ਡਿਨਰ ਦੇ ਵਿੱਚ ਬਣਾਓ ਬਹੁਤ ਜਲਦੀ ਬਣਦੀ ਆ ਬਸ ਤੇ ਬੈਂਗਨ ਦੇ ਪਰਤਿਆਂ ਨੂੰ ਪਹਿਲਾਂ ਤੇਲ ਲਗਾਓ ਫਿਰ ਉਹਨਾਂ ਨੂੰ ਭੁੰਨੋ ਕਿੰਨਾ ਟਾਈਮ ਲੱਗਦਾ ਏ ਇੱਕ ਇੱਕ ਬੈਂਗਨ ਨੂੰ ਭੁੰਨਣੇ ਨੂੰ ਇਸ ਕਰਕੇ ਮੈਂ ਇਦਾਂ ਹੀ ਬਣਾਉਂਦੀ ਆ ਨਾਲੇ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਕੋਈ ਕੁਝ ਹੋਊਗਾ ਜਾਂ ਐਦਾਂ ਕੁਝ ਨਹੀਂ ਹੁੰਦਾ ਤੇ ਪਹਿਲਾਂ ਮੈਂ ਵੀ ਭੁੰਨ ਕੇ ਬਣਾਉਂਦੀ ਹੁੰਦੀ ਸੀ ਪਰ ਮੈਨੂੰ ਉਹ ਚੰਗਾ ਨਹੀਂ ਲੱਗਦਾ ਸੀ ਫਿਰ ਮੈਂ ਇਦਾਂ ਬਣਾਉਣੀਆ ਹੁਣ ਮੈਨੂੰ ਬਹੁਤ ਸਾਲ ਹੋ ਗਏ ਘੱਟ ਤੋਂ ਘੱਟ 10-12 ਸਾਲ ਹੋ ਗਏ ਹੋਣਿਆ ਮੈਂ ਇਦਾਂ ਹੀ ਬਣਾਉਣੀਆ ਬੈਂਗਨ ਦਾ ਪੜਤਾ ਔਰ ਸਵਾਦ ਦਾ ਤਾਂ ਫਰਕ ਪੈਂਦਾ ਹੀ ਨਹੀਂ ਆ ਬਿਲਕੁਲ ਵੀ ਕਿਉਂਕਿ ਮੈਂ ਉਹ ਵੀ ਪਹਿਲਾਂ ਬਣਾਇਆ ਸੀ ਇਹ ਵੀ ਬਣਾਇਆ ਮੈਂ ਜਦੋਂ ਪਹਿਲੀ ਵਾਰ ਟਰਾਈ ਕਰਕੇ ਦੇਖਿਆ ਸਵਾਦ ਚ ਕੋਈ ਫਰਕ ਹੀ ਨਹੀਂ ਪਿਆ ਉਸ ਤੋਂ ਬਾਅਦ ਮੈਂ ਇਦਾਂ ਹੀ ਬਣਾਉਣਾ ਸ਼ੁਰੂ ਕਰਤਾ ਕਸੂਰੀ ਮੈਥੀ ਪਾਈ ਆ ਮੈਂ ਵਿੱਚ ਜੋ ਵੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਨਾ ਤੁਸੀਂ ਉਹਨੂੰ ਪੱਕਾ ਟਰਾਈ ਕਰਕੇ ਜਰੂਰ ਦੇਖਿਆ ਕਰੋ ਘੱਟ ਤੋਂ ਘੱਟ ਮਸਾਲਿਆਂ ਦੇ ਵਿੱਚ ਰੈਸਪੀ ਇੰਨੀ ਸਵਾਦ ਬਣਦੀ ਆ ਕਿਉਂਕਿ ਜਿਆਦਾ ਮਸਾਲੇ ਸਾਡੀ ਸਕਿਨ ਨਾ ਵਾਸਤੇ ਸਹੀ ਨਹੀਂ ਹੁੰਦੇ ਹੈਗੇ। ਪਾਤਾ ਦੰਦੇ ਲੋਕੀ ਕਾਫੀ ਮਸਾਲੇ ਪਰ ਉਹ ਮਸਾਲਿਆਂ ਦਾ ਹੀ ਸੁਆਦ ਆਂਦਾ ਖਾਣੇ ਦਾ ਸੁਆਦ ਨਹੀਂ ਆਂਦਾ ਜਿੱਦਾਂ ਜਦੋਂ ਅਸੀਂ ਸਬਜ਼ੀ ਬਣਾ ਰਿਆ ਨਾ ਉਹਦਾ ਸਬਜ਼ੀ ਦਾ ਸੁਆਦ ਉਦੋਂ ਆਊਗਾ ਜਦੋਂ ਤੁਸੀਂ ਘੱਟ ਤੋਂ ਘੱਟ ਮਸਾਲਿਆਂ ਦੇ ਵਿੱਚ ਸਬਜ਼ੀ ਬਣਾਓਗੇ। ਬੈਂਗਾਨਾ ਪਰਤਾ ਬਣ ਕੇ ਆਪਣਾ ਤਿਆਰ ਆ ਦੇਖੋ ਬਿਲਕੁਲ ਪਲਾਨ ਹੋਇਆ। ਮਿੰਟਾਂ 'ਚ ਸਬਜ਼ੀ ਬਣਦੀ ਆ ਨਾਲੇ ਟਾਈਮ ਨਹੀਂ ਖਰਾਬ ਹੁੰਦਾ ਆਪਣਾ। ਹੁਣ ਮੈਂ ਥੋੜੀ ਦੇਰ ਇਹ ਸਿੰਮ ਤੇ ਰੱਖ ਤਾਏ। ਦੇਖੋ ਜੀ ਬੈਂਗਣ ਦਾ ਪਰਥਾ ਬਣ ਕੇ ਤਿਆਰ ਆ ਬਿਲਕੁਲ ਸਾਈਡਾਂ ਤੇ ਤੇਲ ਛੱਡ ਚੁੱਕਿਆ ਬੈਂਗਣ ਦੇਖੋ ਤੇਲ ਚੰਗੀ ਤਰ੍ਹਾਂ ਸਾਈਡਾਂ ਤੇ ਛੱਡ ਚੁੱਕਿਆ ਹੁਣ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਸਬਜੀ ਦਾ ਕਲਰ ਦੇਖ ਲਓ ਕਿੰਨਾ ਵਧੀਆ ਆ ਇਹ ਇਹੀ ਜੋ ਆਪਣੇ ਨਾਰਮਲ ਮਸਾਲੇ ਹੁੰਦੇ ਆ ਇਹੀ ਮਸਾਲੇ ਪਾਉਣੀ ਮੈਂ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਹੁੰਦੀ ਅੱਜ ਦੀ ਲੰਚ ਥਾਲੀ ਬਣ ਕੇ ਤਿਆਰ ਹੈ ਫੁਲਕੇ ਆ ਬੈਂਗਨ ਦਾ ਪਰਤਾਹੇ ਉੱਪਰ ਮਲਾਈ ਪਾਈ ਹੋਈ ਆ ਦਹੀਂ ਹੈ ਸਿਰਕੇ ਵਾਲੀ ਮਿਰਚ ਹੈ ਤੁਸੀਂ ਵੀ ਖਾ ਲਓ ਖਾ ਕੇ ਟੇਸਟ ਕਰਕੇ ਦੱਸੋ ਕਿੱਦਾਂ ਦਾ ਬਣਿਆ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਖੁਸ਼ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਮਿਲਦੀ ਹਾਂ ਫਿਰ ਆਉਣ ਵਾਲੀ ਵੀਡੀਓਸ ਤਦ ਤੱਕ ਲਈ ਬਾਏ ਬਾਏ